ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਸਾਹਿਬ ਸਿੱਖ ਸਿੰਘਾਂ ਯਾਦਗਾਰ ਵੱਡਾ ਕੱਲੂਕਾਰਾ ਕੁੱਪਕਲਾਂ ਵਿਖੇ ਜੋ ਜੋਗੀ ਮਹਾਜਰਾ ਰੋਡ ਤੇ ਸਥਿਤ ਹੈ 5 ਫਰਵਰੀ 1762 ਈਸਵੀ ਨੂੰ ਅਹਿਮਸ ਅਫਦਾਲੀ ਨਾਲ ਲੋਹੇ ਨਾਲ ਲੋਹਾ ਲੈਂਦੇ ਆ 35000 ਸਿੱਖ ਸਿੰਘਾਂ ਸਿੰਘਣੀਆਂ ਬੀਬੀਆਂ ਬੱਚਿਆਂ ਦੀ ਯਾਦਗਾਰ ਦੇ ਵਿੱਚ ਗੁਰਦਾਰਾ ਸਾਹਿਬ ਬਣਿਆ ਹਰ ਮਹੀਨੇ ਦਸਵੀਂ ਦਾ ਦਿਹਾੜਾ ਬੜੀ ਤੁਮ ਤਾਮਨਾ ਲੱਕੇ ਦੀਆਂ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਮਨਾਉਂਦੀਆਂ ਨੇ ਜੋ ਪ੍ਰਾਨੀ ਇੱਥੇ ਆ ਕੇ ਆਪਦੀ ਇਸ਼ਾ ਅਨਸਾਰ ਸੁਖ ਸੁਖਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਬਾਬੇ ਅਸੀਸ ਸਿੰਘ ਕਿਰਪਾ ਕਰਦੇ ਨੇ ਇਸ਼ਾ ਪੂਰੀਆਂ ਹੁੰਦੀਆਂ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚੱਲਦੀਆਂ ਨੇ ਹਮੇਸ਼ਾ 24 ਘੰਟੇ ਭੰਡਾਰੇ ਚੱਲਦੇ ਆ ਕਥਾ ਕੀਰਤਨ ਦਾ ਪ੍ਰਵਾਹ ਸਦੇ ਚੱਲਦਾ ਰਹਿੰਦਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਹ ਅਸਥਾਨ ਹੈ ਜਿਹਨੂੰ ਚਠੇੜਾ ਸਥਾਨ ਕਿਹਾ ਜਾਂਦਾ ਜਿੱਥੇ ਵੀ ਸਿੱਖ ਕੌਮ ਬੈਠੀ ਹੈ ਕਿਉਂਕਿ ਉਸ ਸਮੇਂ ਦੇ ਵਿੱਚ 70000 ਦੀ ਗਿਣਤੀ ਸਿੱਖਾਂ ਦੀ ਜਿਦੇ ਵਿੱਚੋਂ 35000 ਸਿੰਘ ਸੀਧ ਹੋ ਚੁੱਕੇ ਨੇ ਇਹ ਉਹਨਾਂ ਸਾਰੇ ਸਿੱਖ ਕੌਮ ਦੇ ਮਾਨ ਹਸਤੀ ਅਸਥਾਨ ਹੈ ਜਿੱਥੇ ਆਇਆ ਬਡੇਰਿਆਂ ਨੂੰ ਨਮਸਕਾਰ ਕੀਤੀ ਜਾਂਦੀ ਹੈ ਬੜੀ ਕਿਰਪਾ ਗੁਰੂ ਸਾਹਿਬ ਦੀ ਇੱਥੇ 24 ਘੰਟੇ ਲੰਗਰ ਦੇ ਪਹਿਰੇ ਚੱਲਦੇ ਨੇ ਸੰਪਰਤਾਏ ਮਛਤਵਾਨਾ ਸਾਹਿਬ ਦੇ 10ਵੇਂ ਮੁਖੀ ਦਾਸ ਬਾਬਾ ਜੰਗ ਸਿੰਘ ਇੱਥੇ ਦੇ ਸੇਵਾਦਾਰ ਨੇ ਹੋਰ ਸਾਰੀ ਸੰਗਤ ਨਾਲ ਮਿਲ ਕੇ ਦਾਸ ਨਾਲ ਬਹੁਤ ਸਹਿਯੋਗ ਕਰਦੀ ਹੈ ਸਾਰਿਆਂ ਦਾ ਔਰ ਆਉਣ ਵਾਲੀਆਂ ਸੰਗਤਾਂ ਦਾ ਮਹਾਪੁਰਖਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸੇਵਕ ਟੀਵੀ 24 ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਲਾਈਵ ਦਿਖਾ ਕੇ ਸੰਗਤਾਂ ਤੱਕ ਸਿੱਧਾ ਸਿੰਘਾਂ ਦੀ ਅਸਥਾਨ ਦੀ ਸ਼ੋਭਾ ਵਧਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ